ਆ ਗਿਆ ਆ ਜਾ ਆ ਜਾ ਆ ਗਏ ਆ ਗਏ ਆ ਬੈ ਜਾ ਇੱਧਰ ਆ ਜਾ ਇੱਧਰ ਆ ਜਾ ਬਸ ਇੱਥੇ ਬੈ ਜਾ ਇੱਥੇ ਬੈ ਜਾ ਗਰਮੀ ਬਾਲੀ ਹੋਈ ਪਈ ਗਰਮੀ ਤੇ ਬਾਲੀ ਹੋਈ ਪੁੱਛ ਹੋਰ ਉਹ ਭਾਈ ਹਰਪ੍ਰੀਤ ਗੁੜ ਗਏ ਹਾਂਜੀ ਮਾਮਾ ਪਾਣੀ ਦਾ ਗਲਾਸ ਲੈ ਹੋਰ ਜਾਏ ਹਾਂ ਜਾਏ ਭਾਈ ਕੀ ਆਂਦਾ ਡਾਕਟਰ ਦੱਸੇਗੀ ਬਸ ਡਾਕਟਰ ਨੇ ਦਵਾਈ ਦੇ ਦਿੱਤੀ ਅੱਛਾ ਬਾਕੀ ਕਹਿੰਦਾ ਭਾਈ ਜ਼ਿਆਦਾ ਇਹਨੂੰ ਟੈਨਸ਼ਨ ਨਾ ਦਿਓ ਤੁਸੀਂ ਹਾਂ ਬੈਡ ਰੈਸਟ ਦੱਸੀ ਇਹਨੂੰ ਮੈਂ ਚੱਲ ਕੋਈ ਨਹੀਂ ਅਸੀਂ ਤਾਂ ਮੈਂ ਕਿਹਾ ਪਹਿਲੇ ਹੀ ਕੰਮ ਕਰਦੇ ਹਾਂ ਦੱਸ ਦਿੰਦੇ ਬੈਡ ਰੈਸਟ ਹਾਂ ਬਾਕੀ ਇਹਨੂੰ ਕਹੇ ਭਾਈ ਤੂੰ ਵੀ ਆਪਦਾ ਧਿਆਨ ਰੱਖਿਆ ਕਰ ਖਾਣ ਪੀਣ ਦਾ ਹਾਂ ਚੰਗਾ ਪੜਾਓ ਸੀਗਾ ਹੁਣ ਲੈਟ ਪਾ ਕੇ ਜਰਾ ਬੈਠ ਬੈਠ ਡਾਕਟਰ ਨੇ ਤਾਂ ਕੀ ਕਹਿਣਾ ਡਾਕਟਰ ਕਹਿੰਦਾ ਬੈਡ ਰੈਸਟ ਹੈ ਇਹਨੂੰ ਇੱਕ ਕਹਿੰਦਾ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਦੇਣੀ ਇਹਨੂੰ ਲੋੜ ਹੀ ਨਹੀਂ ਮਨਿੰਦਰ ਕੋਈ ਟੈਨਸ਼ਨ ਲੈਣ ਦੀ ਟਾਈਮ ਤੇ ਦਵਾਈ ਦਵੂਈ ਲਈ ਜਾਈ ਅੱਜ ਚੱਕ ਹੁਣ ਹੁਣ ਯਕੀਨ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਲੈ ਯਕੀਨ ਵਾਲੀ ਕਿਹੜੀ ਗੱਲ ਹੈ ਇਹ ਨਾ ਤੁਸੀਂ ਮੈਨੂੰ ਪਤਾ ਲੱਗ ਗਿਆ ਚਾਰ ਦਿਨ ਹੋ ਗਏ ਕਦੇ ਲਾਡੀ ਨੂੰ ਕੁਛ ਕਹਿ ਦੇ ਨੂੰ ਕਦੇ ਲਾਡੀ ਨੂੰ ਕੁਛ ਕਹਿ ਦੇ ਨੂੰ ਅਸੀਂ ਕੀ ਕੀ ਅਸੀਂ ਤਾਂ ਤੁਹਾਡੇ ਕਰਕੇ ਹੋਇਆ ਸਾਰਾ ਕੁਝ ਮੰਮੀ ਨਾ ਤੇ ਮੰਮੀ ਵੱਗ ਗਈ ਤੂੰ ਉੱਥੇ ਕੀ ਗੱਲ ਕਰ ਲਈ ਮੰਮੀ ਗੱਲ ਤਾਂ ਸਾਰੀ ਮੈਂ ਹੀ ਕੀਤੀ ਹੈ ਨਾ ਕੀ ਹੋ ਗਿਆ ਨਾ ਪਤਾ ਨਹੀਂ ਕੀ ਦਵਾਈ ਲੈ ਕੇ ਆਇਆ ਉਹਦਾ ਪਿਆ ਹੀ ਸੁੱਤਾ ਅੰਦਰ ਅੰਦਰ ਰੌਲਾ ਪਾਉਣ ਲੱਗ ਗਿਆ ਬਾਹਰੋਂ ਹੀ ਤਪੀਆਂ ਆਈਆਂ ਬਈ ਬਾਹਰੋਂ ਹੀ ਤਪੀਆਂ ਆਈਆਂ ਇੰਨਾ ਜ਼ਿਆਦਾ ਕੀ ਕਹਿੰਦਾ ਡਾਕਟਰ ਬੰਦੇ ਡਾਕਟਰ ਨੇ ਤਾਂ ਕੀ ਕਹਿਣਾ ਪੁੱਤ ਬਸ ਦਵਾਈ ਦੇਤੀ ਉਹਨੇ ਹਾਂ 15 ਦਿਨਾਂ ਦੀ ਦਵਾਈ ਦਿੱਤੀ ਹੈ ਨਿਕਲ ਗਿਆ ਵੀ ਇੱਕ ਆਦੜਾ ਦੇ ਅੰਦਰ ਦਿਲ ਚ ਸੀਗਾ ਹੁਣ ਬਸ ਪੁੱਤ ਭਲੇਖਾ ਦਾ ਨਿਕਲ ਹੀ ਗਿਆ ਭਲੇਖੇ ਦਾ ਆਪਾਂ ਕਹਿੰਦੇ ਸੀ ਵੀ ਕੋਈ ਇਹ ਝੂਠ ਬੋਲਦੀ ਆ ਇਹ ਹੀ ਕਹਿੰਦੇ ਸੀ ਮੰਮੀ ਥੋੜੇ ਦਿਲ ਚ ਇਹੀ ਸੀ ਮੈਂ ਝੂਠ ਬੋਲਦੀ ਆ ਇਹਨਾਂ ਤੁਸੀਂ ਬੋਲਦੇ ਥੋੜੇ ਚ ਹਰਪ੍ਰੀਤ ਬੋਲਦੀ ਆ ਨਹੀਂ ਕਾਹਨੂੰ ਹਰਪ੍ਰੀਤ ਬੋਲਦੀ ਆ ਨਾ ਭਲਾ ਇਹ ਜਾਂਦੀ ਜਵਾਬੜੀ ਤੇਰੇ ਨਾਲ ਸੋਹਣੀ ਲੱਗਦੀ ਆ ਜਵਾਬੜੀ ਆ ਉਹ ਹੁਣ ਸਾਰਾ ਸੇ ਅੰਦਰ ਬਾਹਰ ਜਾਣਾ ਜਾਣਦੀਆਂ ਸੀ ਉਹ ਕੁੜ ਗਏ ਮੇਰੀ ਗੱਲ ਸੁਣਦਰ ਮੈਂ ਗੱਲ ਦੱਸਾਂ ਤੁਸੀਂ ਜਾਣਦੀਆਂ ਹੈਗੀਆਂ ਮੈਨੂੰ ਪਤਾ ਜੇ ਜੇ ਘਰ ਦੇ ਤੁਹਾਨੂੰ ਭੇਜਦੇ ਰਹੇ ਆ ਬਾਹਰ ਤੁਸੀਂ ਬਾਹਰ ਅੰਦਰ ਆਉਂਦੀਆਂ ਜਾਂਦੀਆਂ ਰਹੀਆਂ ਪਰ ਭਾਈ ਸਾਡੇ ਘਰਾਂ ਦੇ ਵਿੱਚ ਆਹ ਰਿਵਾਜ ਨਹੀਂ ਹੈਗੇ ਸਾਡੇ ਘਰਾਂ ਦੇ ਨਾਲ ਸਿਆਣਾ ਬੰਦਾ ਜਾਂਦਾ ਹੁੰਦਾ ਫਿਰ ਕੀ ਹੋ ਗਿਆ ਜੇ ਬੇਬੇ ਤੇ ਨਾਲ ਜਾਵੜੀ ਮਾਮਾ ਜੀ ਗੱਲ ਮਾਮਾ ਜੀ ਗੱਲ ਨਾ ਜਾਣਦੀ ਨਹੀਂ ਹੈਗੀ ਜਾਵੜ ਪਰ ਜਿਹੜੇ ਨੇ 10 ਦਿਨ ਪਹਿਲਾਂ ਕਲੇਸ਼ ਪਾ ਰੱਖਿਆ ਗੱਲ ਉਸ ਕਰਕੇ ਸੀ ਵੀ ਹਾਂ ਮਨਿੰਦਰ ਝੂਠ ਬੋਲਦੀ ਆ ਮਨਿੰਦਰ ਜਾਣ ਕੇ ਦਵਾਈ ਨਹੀਂ ਲੈਂਦੀ ਮਨਿੰਦਰ ਇਹਨਾਂ ਨੇ ਲਾਡੀ ਨੂੰ ਰੁੱਤੀਆਂ ਲਾ ਕੇ ਸਵੇਰੇ ਵੇਲੇ ਲੜਵਾਇਆ ਅਸੀਂ ਕੀ ਰੁੱਤੀਆਂ ਲਾਈਆਂ ਲਾਡੀ ਦੱਸ ਨਾ ਮੈਂ ਇੱਕ ਤੇਰੇ ਡਾਂਗ ਮਾਰ ਕੇ ਤੈਨੂੰ ਦਵਾਈ ਲਿਆਉਣ ਨਹੀਂ ਕਿਹਾ ਸੀਗਾ ਬਸ ਦਵਾਈ ਲਿਆਂਦੀ ਵਧੀਆ ਗੱਲ ਹੋ ਗਈ ਬਸ ਮੈਨੂੰ ਤੁਸੀਂ ਵੀ ਕਹਿੰਦੇ ਸੀ ਮੈਨੂੰ ਤੇਰੀ ਗੱਲ ਝੂਠ ਲੱਗਦੀ ਆ ਉਹ ਝੂਠ ਸੱਚ ਮੇਰੀ ਗੱਲ ਸੁਣ ਕੁੜਗੇ ਕੋਈ ਗੱਲ ਇਹ ਸੱਚ ਸਾਹਮਣੇ ਆਈ ਜਾਣਾ ਹੁੰਦਾ ਕੋਈ ਵੱਡੀ ਗੱਲ ਨਹੀਂ ਠੀਕ ਹੈ ਐਵੇਂ ਜਰੇ ਤਾਂ ਪੁੱਠੇ ਪਾਸੇ ਗੱਲ ਲੈ ਜਾਂਦੇ ਆ ਰੌਲਾ ਤਾਂ ਆਇਆ ਵੀ ਆਪਾਂ ਐ ਸਾਸਾ ਮੰਨਦੇ ਵੀ ਹੁਣ ਜਵਾਕ ਅੰਦਰ ਸੁੱਕ ਕੇ ਮਰ ਗਏ ਤੁਹਾਨੂੰ ਮੈਂ ਗੱਲ ਦੱਸਾਂ ਅਸਲ ਦੇ ਵਿੱਚ ਨਾ ਆ ਤੁਹਾਡੇ ਦਿਲਾਂ 'ਚ ਪੈ ਗਈਆਂ ਫਿੱਕ ਇਹ ਅੰਦਰ ਫਿੱਕ ਪਾਈ ਬੈਠੀ ਹੈ ਗੁੜਗੇ ਤੂੰ ਠੀਕ ਹੈ ਨਾ ਮਾਮਾ ਜੀ ਕੱਲੀ ਮੇਰੀ ਗਲਤੀ ਨਹੀਂ ਇਹ ਹੱਕ 'ਚ ਫਿੱਕ ਪਾਈ ਬੈਠੀ ਹੈ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਆ ਰਹੀ ਤੁਹਾਡੀ ਦੋਹਾਂ ਦੀ ਨਹੀਂ ਬਣਦੀ ਤੁਸੀਂ ਚੁੱਲ੍ਹੇ ਤੇ ਰਹਿਣ ਵਾਲੀਆਂ ਹੈ ਨਹੀਂ ਇੱਕ ਤੇ ਉਹ ਦੋਨੇ ਫਿੱਕੀਆਂ ਹੋ ਗਈਆਂ ਇਹ ਮੈਂ ਨਹੀਂ ਕਰਦੀ ਕਿ ਤੂੰ ਨਹੀਂ ਕਰਦੀ ਪਸੰਦ ਗੱਲ ਕਰਦੇ ਤੂੰ ਲੜਾਈ ਭਾਲਦੀ ਆ ਅੱਛਾ ਠੀਕ ਹੈ ਮੈਂ ਲੜਾਈ ਭਾਲਦੀ ਆ ਤੈਨੂੰ ਕੀ ਹੋਇਆ ਚੱਲ ਬਸ ਰਹਿੰਦੇ ਹੁਣ ਮਹਾਂ ਤਾਂ ਆਈ ਆ ਉਹ ਜਾ ਚਾਹ ਵੀ ਘੁੱਟ ਕਰ ਲੈ ਤੂੰ ਵੀ ਛੱਡ ਦੇ ਕਰ ਮੌਕਾ ਨਾ ਜੀ ਤੈਨੂੰ ਡਾਕਟਰ ਨੇ ਨਹੀਂ ਕਿਹਾ ਸੀ ਤੂੰ ਬੋਲਣਾ ਨਹੀਂ ਬਸ ਬੁਲਵਾਉਣਗਾ ਤਾਂ ਹੀ ਹੋ ਗਿਆ ਇਹ ਕਰੂੰ ਲੈ ਦੇਖ ਲੈ ਉਹ ਨਾਲੇ ਡਾਕਟਰ ਨੇ ਕਿਹਾ ਨਾਲ ਫੇਰ ਉਹੀ ਗੱਲ ਹੈ ਚੱਲ ਕੋਈ ਨਾ ਇਹਦਾ ਦਵਾਈ ਇਹ ਜਾ ਕੋਈ ਗੱਲ ਨਹੀਂ ਡਾਕਟਰ ਤੋਂ ਸਿਆਣੇ ਆ ਇਹ ਆਪ ਹੀ ਆ ਮੇਰੀ ਗੱਲ ਸੁਣ ਲੈ ਬੇ ਹੋਰ ਨਹੀਂ ਬੋਲਿਆ ਡਾਕਟਰ ਕੁਝ ਨਾ ਡਾਕਟਰ ਤਾਂ ਕੁਝ ਨਹੀਂ ਬੋਲਿਆ ਹੋਰ ਤਾਂ ਚੱਲ ਕੋਈ ਨਹੀਂ ਬੈਡ ਰੈਸਟ ਦੱਸੀ ਆ ਚੱਲ ਠੀਕ ਆ ਇਹਦਾ ਦੱਸ ਹੀ ਦਿੰਦੇ ਹੁੰਦੇ ਆ ਇਹਦਾ ਮਾੜਾ ਮੋਟਾ ਹਾਂ ਡਾਕਟਰ ਆ ਜੇ ਉਹ ਬੈਡ ਰੈਸਟ ਨਾਲ ਦੱਸਣ ਫਿਰ ਉਹਨਾਂ ਨੂੰ ਪੈਸੇ ਕਿਵੇਂ ਬਣਨ ਇਹ ਜਿਹੜੀ ਦਵਾਈ ਜੀ ਸੀਗੀ ਲੈ ਕੇ ਗਈ ਤੁਸੀਂ ਦਿਖਾਤੀ ਸੀਗੀ ਹਾਂ ਉਹ ਦਿਖਾਤੀ ਸੀ ਉਹ 15 ਦਿਨਾਂ ਦੀ ਦਿੱਤੀ ਸੀ ਹਜੇ ਪਈ ਆ ਹੋਰ ਦੇਤੀ ਤਾਂ ਹੀ 8-10 ਗੋਲੀਆਂ ਪਈਆਂ ਸੀਗੀਆਂ ਹਜੇ ਬੇਬੇ ਲੱਗ ਗਈ ਬੋਲਣ ਮੇਰੇ ਤਾਂ ਦਿਮਾਗ ਦੇ ਵਿੱਚ ਗੱਲ ਚੜ੍ਹਨੀ ਸੀਗੀ ਉਹ ਚੜ੍ਹ ਗਈ ਗੱਲ ਤੇ ਗੁੱਸਾ ਨਿਕਲ ਗਿਆ ਉਸੇ
ਲੈ ਦੱਸ ਬਾਈ ਮੇਰੀ ਗੱਲ ਸੁਣੋ, ਜਦੋਂ ਵੀ ਇਹ ਜਾਂਦੀ ਅਸੀਂ ਕਹਿੰਦੇ ਵੀ ਅਸੀਂ ਜਾਂਦੇ ਹਾਂ ਨਾਲ, ਸਾਨੂੰ ਲੈ ਕੇ ਨਹੀਂ ਸੀ ਜਾਂਦੀ। ਉਹ ਚੱਲ ਫਿਰ ਤੂੰ ਜਾ ਹੀ ਬੇਬੇ, ਚੱਲ ਨਿਕਲਣਾ ਪਤਾ ਲੱਗ ਗਿਆ ਆਪਣਾ, ਤੇਰਾ ਵੀ ਵਹਿਮ ਨਿਕਲ ਗਿਆ। ਹੁਣ ਨਾ ਉਹਨੂੰ ਬਾਹਲਾ ਕੁਝ ਬੋਲੀ, ਠੀਕ ਆ ਮੈਂ ਜਾਣਾ ਹੱਥ ਨੇ, ਕਿਤੇ ਫਿਰ ਕਲੇਸ਼ ਪਾਈ ਚੱਲੋ ਤੇ ਮੈਨੂੰ ਫੋਨ ਲਾਵੇ ਫਿਰ। ਨਹੀਂ ਪੁੱਤ ਤੂੰ ਵਗ ਜਾ ਬੇਫਿਕਰ ਹੋ ਕੇ, ਕੋਈ ਕਲੇਸ਼ ਨਹੀਂ ਪਾਉਂਦੇ ਉਹਦੇ ਨਾਲ ਅਸੀਂ। ਜਦ ਤੂੰ ਕੰਨ ਟਕੜੀ ਉਹਦੇ ਕੋਲ ਬੈਠ ਕੇ ਉਹਦਾ ਨਹੀਂ ਪਾਉਂਦੀ ਆ ਭਾਬੀ ਦੇ ਲੈ ਬੋਲੀ ਜਿਹੜੇ ਸਾਹ ਨਾਲ ਜਾਂਦੀ ਵਾਰੀ, ਜੇ ਤੂੰ ਖਿੱਚ ਕੇ ਰੱਖੀ ਹੁੰਦੀ ਇੰਨਾ ਸਿਰ ਹੀ ਨਹੀਂ ਚੜ੍ਹਦੀ ਸੀ ਇਹ। ਗੱਲ ਤਾਂ ਉਹੀ ਹੈ, ਥੱਲੇ ਲੱਗਿਆ ਪਿਆ ਜਮਾ ਦਾ, ਵੱਡੇ ਮੁੰਡੇ ਲੱਗ ਕੇ ਬੈਠ ਗਿਆ, ਰਨ ਮਰੀਜ਼ ਹੋ ਗਿਆ ਇਹ। ਨਹੀਂ ਭਾਈ ਮੇਰੀ ਗੱਲ ਸੁਣ, ਕੱਲੀਆਂ ਨੂੰ ਤੀਆਂ ਜਾਂਦੇ ਸ਼ਰਮ ਨਹੀਂ ਆਉਂਦੀ? ਤੇ ਸ਼ਰਮ ਤਾਂ ਉਹ ਉਹੀ ਤਾਂ ਕਹੀ ਜਾਂਦੇ ਆ ਹੁਣ, ਗੱਲ ਸਮਝੇ ਵੀ ਸਿਆਣਾ ਬੰਦਾ ਜਦੋਂ ਜਾਂਦਾ ਨਾਲ ਵਾਲੇ ਨੂੰ ਪਤਾ ਲੱਗਦਾ ਭਾਈ ਵੀ ਆ ਨਾਲ ਤੁਰੇ ਫਿਰਦੇ ਆ, ਕੱਲ ਨੂੰ ਗੱਲਬਾਤ ਹੋ ਗਈ ਫੇਰ ਲੈਣੇ ਦੇਣੇ ਪੈ ਜਾਂਦੇ ਆ, ਫਿਰ ਐਂ ਤਾਂ ਨਹੀਂ ਸੋਚਦੀਆਂ ਇਹ। ਬੱਸਾਂ ਦੀ ਤੁਰੀ ਫਿਰਦੀ ਆ, ਐਂ ਕਰਦੀ ਫਿਰਦੀ, ਇਹਨਾਂ ਦੀ ਬਹੂ ਐਂ ਕਰਦੀ ਫਿਰਦੀ, ਸੌ ਗੱਲਾਂ ਬੋਲਦੇ ਆ। ਬਾਕੀ ਜਵਾਕ ਨੀ ਕਰਦੇ ਗਾਜਰਾਂ ਦਾ ਕੱਟਾ ਚੱਕ ਲਿਆ ਘਰੇ, ਮਿਕਸੀ ਹੈਗੀ ਆ, ਕੜ ਕੜ ਪੀ ਜਾਣਗੀਆਂ ਜੂਸ। ਹਾਲ ਦੇਖ ਲਾ ਹੁਣ ਕੀ ਕਰੀਏ, ਕੀ ਬੋਲੀਏ? ਨਾ ਕੀ ਬੋਲਣਾ ਛੱਡ, ਉਹ ਮੈਨੂੰ ਸਿੱਧੀ ਗੈਂ ਗੱਲ ਦੱਸ। ਡਾਕਟਰ ਦੇ ਕੋਲੇ ਗਈ ਸੀ ਤਾਂ ਕੀ ਕਰ, ਤੈਨੂੰ ਆਪ ਗਈ ਸੀ ਅੰਦਰ? ਹਾਂ ਮੈਂ ਕੋਲੇ ਬੈਠੀ ਸੀ ਡਾਕਟਰ ਦੇ ਕੋਲੇ ਤਾਂ। ਕੀ ਆ ਗਿਆ? ਉਹ ਕਹਿੰਦਾ ਬਸ ਵੀ ਬੱਚਾ ਠੀਕ ਹੈ ਤੇ ਅਲਟਰਾਸਾਊਂਡ ਕਰਾ ਲਿਓ, ਕਹਿੰਦਾ ਮਹੀਨੇ ਕੁ ਨੂੰ ਤੁਸੀਂ। ਕਮਾਲ ਦੀ ਗੱਲ ਹੈ ਇਹ, ਮੈਨੂੰ ਤਾਂ ਆਲ ਚ ਕਾਲਾ ਲੱਗਦਾ, ਤੇ ਜਿਹੜੀ ਗੱਲ ਦਾ ਮੈਨੂੰ ਹੋ ਜਾਂਦਾ ਨਾ ਸ਼ੱਕ, ਉਹ ਗੱਲ ਪੱਕ ਹੋ ਗਈ ਗਲਤੀ ਅੰਦਰ ਮਨ ਸਾ। ਨਹੀਂ ਬਾਈ ਹੁਣ ਤਾਂ ਮੈਂ ਨਾਲ ਗਈ ਸੀ, ਮੈਨੂੰ ਕਿਹਾ ਡਾਕਟਰ ਨੇ। ਚੱਲ ਕੋਈ ਨਹੀਂ ਤੂੰ ਵੀ ਦੇਖ ਲਾ ਫਿਰ, ਤਜਰਬਾ ਮੇਰਾ ਵੀ ਹੈ ਸਾਰੀ ਉਮਰ ਦਾ, ਤੈਨੂੰ ਮੈਂ ਗੱਲ ਦੱਸਾਂ ਐਵੇਂ ਮੇਰੀ ਗੱਲ ਆ ਰਹੀ ਜਾਂਦੀ ਨਹੀਂ ਹੈਗੀ। ਆਏ ਸੀ ਬਾਈ ਪਹਿਲਾਂ ਤਾਂ ਮੈਂ ਗਈ ਨਹੀਂ ਸੀ ਇਹਦੇ ਨਾਲ ਕਦੇ, ਮੈਨੂੰ ਵੀ ਵਹਿਮ ਸੀ, ਤੇਰੇ ਵਾਲੀ ਗੱਲ ਸਹੀ ਹੈ, ਅੱਜ ਤਾਂ ਮੈਂ ਜਮਾ ਕੋਲੇ ਡਾਕਟਰ ਦੇ ਬੈਠ ਕੇ ਡਾਕਟਰ ਨੇ ਮੇਰੇ ਨਾਲ ਹੀ ਗੱਲ ਕਰੀ ਹੈ। ਚੱਲ ਕੋਈ ਗੱਲ ਦੇਖਦੇ ਆ ਫਿਰ ਕੀ ਕਰਦੇ ਕੀ ਨਹੀਂ, ਹਨਾ ਠੀਕ ਹੈ। ਚਲੋ ਵੀ ਚਾਹ ਪਾਣੀ ਬਣਾਓ, ਲੈਟ ਹੀ ਪਤਾ ਨਹੀਂ ਕੀ ਗੱਲ ਨਾਲ ਲੈਟ ਲਈ ਹੈ। ਚਲ ਕੋਈ ਨਾ ਚਾਹ ਦੀ ਘੁੱਟ ਕਰਦੇ ਆ। ਓਏ ਇਹਨਾਂ ਆਏ ਮੇਰੀ ਗੱਲ ਸੁਣ, ਮੈਂ ਤਾਂ ਕਹਿੰਦਾ ਸੀਗਾ ਮਹਾਂ ਤੂੰ ਮਾੜਾ ਜਿਹਾ ਇਹਨੂੰ ਲਾਡੀ ਨੂੰ ਉਂਗਲ ਜੀ ਲਾ ਕੇ ਇਹਨੂੰ ਕਹਿ ਦੇ, ਕਹਿ ਵੀ ਔਖੀ ਹੁੰਦੀ ਨਾਲ ਇਹ ਕਰਦੀ ਆ, ਕੋਈ ਇੱਕ ਪੱਖਾ ਇਨਵਰਟਰ ਲਵਾ ਲਾ ਤੇ ਇੱਕ ਪੱਖਾ ਕਰਾ ਲਾ ਤੇ ਬਹਿ ਜਾ ਕਰੇਗਾ, ਗਰਮੀ ਚ ਕੀ ਬੁਰਾ ਹਾਲ ਹੋਇਆ ਪਿਆ। ਹੁਣ ਲਾਡੀ ਨੂੰ ਆਈ ਕਹੂੰਗੀ ਵੀ ਜਾਣੇਗੇ ਤਾਂ ਸਹੀ ਤੂੰ ਡਿਊਟੀ ਤੇ, ਇਨਵਰਟਰ ਧਰਾ ਜਾ, ਇਨਵਰਟਰ ਧਰਾ ਜਾ, ਉਹੀ ਤਾਂ ਗੱਲ ਹੈ। ਆਹ ਸਰੀਰ ਨੂੰ ਚੜਿਆ ਪਿਆ ਜਮਾ, ਤੇ ਹੋਰ ਨਾ ਹੁਣ ਤਾਂ ਧਰਾ ਜਾਊਗਾ, ਕਹੀ ਨਹੀਂ ਐਵੇਂ ਲਾਡੀ ਨੂੰ ਕਰਦੀ ਅੱਜ ਹੀ ਗੱਲ ਉਹਦੇ ਨਾਲ। ਹਾਂ 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 ਕਰੋ ਕਰੋ, ਠੀਕ ਹੈ ਚੰਗਾ।
ਚਾਹ ਪੀਏਗਾ ਕਿ ਨਿੰਬੂ ਪਾਣੀ? ਜਿਹੜਾ ਕੁਛ ਮਰਜ਼ੀ ਲਿਆ। ਚੰਗਾ, ਮੇਰੇ ਕਿਹੜਾ ਹੁਣ ਕੁਛ ਲੰਘਦਾ ਹੈ। ਕਮਾਲ ਹੋ ਗਿਆ ਇਹ ਕੁੜੀ ਜੀ ਨੇ ਕੀ ਕੀਤਾ, ਮੈਨੂੰ ਤਾਂ ਲੱਗਦਾ ਸੀ ਕੰਮ ਉਲਟ ਤੇ ਹੋ ਗਿਆ ਉਲਟ। ਇਹ ਕਿੱਕਰ ਸੈਂ, ਹੁਣ ਤੈਨੂੰ ਪਤਾ ਤਾਂ ਕਰਨਾ ਪੈਣਾ ਵੀ ਵਿਚਲੀ ਗੱਲ ਕੀ ਹੈ। ਮੇਰੀ ਜਿਹੜੀ ਵੀ ਗੱਲ ਹੁੰਦੀ ਹੈ ਨਾ, ਜਿਹਦੇ 'ਤੇ ਮੈਨੂੰ ਇੱਕ ਵਾਰੀ ਸ਼ੱਕ ਪੈ ਜਾਵੇ, ਉਹ ਗੱਲ ਆ ਰਹੀ ਜਾਂਦੀ ਨਹੀਂ। ਅਤੇ ਇਹ ਕਿਹੜੇ ਹਿਸਾਬ ਨਾਲ ਪਾਸਾ ਪਲਟ ਗਿਆ ਬਈ, ਕਮਾਲ ਹੋ ਗਈ। ਅੱਗੇ ਡਾਕਟਰ ਨਹੀਂ ਕਹਿੰਦੀ ਆ 15 ਕੁ ਦਿਨ ਰੁਕ ਕੇ ਫਿਰ ਅਲਟਰਾਸਾਊਂਡ ਕਰ ਦੇਵਾਂਗੇ। ਇਹਦਾ ਮਤਲਬ ਇਹੀ ਹੈ ਵੀ ਮਨਿੰਦਰ ਸੱਚ ਬੋਲ ਰਹੀ ਹੈ। ਪਰ ਮੈਨੂੰ ਕਿਉਂ ਨਹੀਂ ਲੱਗਦਾ ਵੀ ਮਨਿੰਦਰ ਸੱਚ ਬੋਲਦੀ ਹੈ। ਕੋਈ ਨਹੀਂ, ਲਾਉਣੇ ਕੋਈ ਨਾ ਕੋਈ ਬਿਆਨ, ਸੱਚ ਹੋਵੇ ਜਾਂ ਝੂਠ, ਇੱਕ ਵਾਰੀ ਤਾਂ ਫਿਰ ਕਲੇਸ ਪਵਾਵਾਂਗੇ। ਹਾਏ ਵੇ, ਬਾਹਰ ਹੀ ਚਲੇ ਗਏ ਯਾਰ, ਤੇ ਅੰਦਰ ਬਹਿ ਕੇ ਕੀ ਕਰਨਾ। ਬਣਦਾ ਨੀ ਹੈਗਾ ਨਾ, ਕੋਈ ਗੱਲ ਨੀ, ਮੈਂ ਫਿਰ ਐਂ ਕਰਦਾ, ਮੈਨੂੰ ਗਹਿਣੇ ਧਰ ਦੇਣਾ ਹੈਗਾ। ਗਹਿਣੇ ਧਰ ਕੇ ਤੇ ਕਿੰਨੇ ਕੁ ਦਾ ਇਹ ਧਰਿਆ ਹੋਊਗਾ ਗਹਿਣੇ ਤੇਰੇ ਹਿਸਾਬ ਦੇ ਨਾਲ? ਕਿੰਨੇ ਇਹ, 3 ਤੋਲੇ ਸਾਢੇ 3 ਤੋਲੇ ਸੀ? ਸਾਢੇ 3 ਤੋਲੇ ਨਾਲ ਪੁਰਾਣਾ ਸਿਉਣਾ, ਇਹ ਨਵਾਂ ਨਹੀਂ, ਪੁਰਾਣਾ ਸਿਉਣਾ ਤਾਂ ਤੈਨੂੰ ਪਤਾ ਮਹਿੰਗਾ ਹੁੰਦਾ। ਫਿਰ ਐਂ ਕਰਦੇ ਆਪਾਂ ਵੀ ਫਿਰ ਮੈਂ ਕਿੰਨੇ 'ਚ ਰੱਖਿਆ ਵਾ, 2 ਤੋਲਿਆਂ ਦਾ ਭਾਅ ਤਾਂ ਲੈ ਆਊਂਗਾ ਫਿਰ ਵਿੱਚੋਂ ਮੈਂ। 2 ਤੋਲਿਆਂ ਦਾ? ਹਾਂ, ਫਿਰ ਕਿੰਨਾ ਲੈ ਕੇ ਆਵਾਂ? ਮੈਂ ਤਾਂ ਐਂ ਕਹਿੰਦੀ ਸੀ ਤੋਲੇ ਹੀ ਰੱਖ ਦੇ ਤੂੰ, ਮਹਿੰਗਾ ਤੋਲੇ 'ਚ ਤੇਰੇ ਗਾਂ ਆ ਜੂਗੀ। ਤੋਲਾ ਆਇਆ ਨਾ, ਹੁਣ ਇਹਦਾ ਤੋਲਾ ਹੈ ਤਾਂ 60-70 ਨੂੰ। ਪਰ ਗੱਲ ਆਇਆ ਕਿ ਹੁਣ ਵੀ ਜੇ ਤੋਲੇ ਤੋਂ ਮੈਨੂੰ ਪੈਸੇ ਘੱਟ ਗਏ ਫਿਰ। ਚੱਲ 2 ਤੋਲੇ ਰੱਖ ਦੇ, ਹੈਨਾ 2 ਤੋਲੇ ਰੱਖ ਦੇ। ਹਾਂ 2 ਤੋਲੇ ਮੈਂ ਰੱਖ ਲੈਣਾ, ਤੇ 2 ਤੋਲੇ ਰੱਖ ਕੇ ਬਾਕੀ ਆਇਆ ਗਾਂ ਲੈ ਕੇ ਵੀ ਜਾਊਂਗਾ। ਤੇ ਫਿਰ 4 ਪੈਸੇ ਆਪਦੇ ਕੋਲੇ ਵੀ ਚਾਹੀਦੇ ਆ, ਗਾਂ ਲੈ ਕੇ ਵੀ ਜਾਣੀ ਹੈ, ਗਾਂ ਕੋਈ ਨੀਰਾ ਚਾਰਾ ਸਾਰਾ ਕੁਛ ਕਰਨ ਨੂੰ, ਹੈਨਾ। ਚੱਲ ਇਹ ਤਾਂ ਠੀਕ ਹੈ, ਕੋਈ ਗੱਲ ਨਹੀਂ ਤੂੰ ਲੈ ਜੀ। ਹਾਂ ਦੇਖ ਲੈ ਜੀ, ਮੈਂ ਤੈਨੂੰ ਠੀਕ ਲੱਗਦਾ ਮੈਂ ਵਗ ਜਾਂਦਾ ਜੀ, ਹੁਣ ਆਇਆ ਹੁਣ ਮੋਹਰਾ ਮੇਰੇ ਕੋਲ ਸੀਗੀਆਂ, ਮੈਂ ਕਿੱਥੇ ਰੱਖੂਗਾ, ਜਾਂਦਾ ਫਿਰ ਕੇ ਕੱਲ ਨੂੰ ਜਾਵੜਾ ਤੂੰ, ਕੱਲ ਨੂੰ ਵਗ ਜੀ ਠੀਕ ਹੈ, ਤੇ ਇਹਨਾਂ ਨੂੰ ਅੱਖੀ ਲੁਕੋ ਕੇ ਨਾਲ ਕੋ ਕੇ ਬਣਾ ਲਾ ਦੇ, ਸੁਕੋ ਕੇ ਰੱਖਿਆ ਪੂਰਾ। ਇਹਨਾਂ ਤੋਂ ਤਾਂ ਨਹੀਂ ਮੈਨੂੰ ਲੱਗਦਾ ਡਰ, ਮੈਨੂੰ ਕਾਲੇ ਤੇ ਲਾਡੀ ਤੋਂ ਡਰ ਲੱਗਦਾ।
ਓਹੋ ਤੂੰ ਕਿਹੜਾ ਢੋਲ ਵਜਾ ਕੇ ਦੱਸਾਂਗਾ, ਹੁਣ ਤੱਕ ਤਾਂ ਚੀਜ਼ਾਂ ਉਹਨੇ ਫਰੋੜ ਕੇ ਰੱਖੀ। ਨਾ ਨਾ ਵਿਚਾਰੇ ਮੈਨੂੰ ਪੁੱਛਦੇ ਹੀ ਨਹੀਂ ਬਸ, ਮਾਂ ਕਿੱਥੇ ਤੇਰੀਆਂ ਚੀਜ਼ਾਂ ਪਈਆਂ ਕਿੱਥੇ ਹੈਗੀਆਂ, ਕਦੇ ਨੀ ਉਹਨਾਂ ਨੇ ਤਾਂ ਕਿਹਾ ਮੈਨੂੰ। ਹੁਣ ਮੈਨੂੰ ਇੱਥੇ ਟੇਕ ਨੀ ਆਉਂਦੀ, ਜਿੰਨਾ ਟਾਈਮ ਮੇਰੀ ਜੇਬ ਦੇ ਵਿੱਚ ਹਸਿਆਉਣਾ ਪਿਆ ਨਾ ਮੈਨੂੰ, ਆਏ ਹੁਣ ਮੇਰੇ ਤੇ ਚਿੱਤ ਨੂੰ ਘਾਬਰ ਜੀ ਲੱਗੀ ਪਈ ਆ। ਆਈ ਕਰੀ ਫਿਰ ਕੋਈ ਨਾ, ਜੇ ਤੂੰ ਜਾਣਾ ਆਥਣੇ ਜੇ ਵਗ ਜੀ। ਹਾਂ ਅੱਜ ਦੀ ਰਾਤ ਔਖੀ ਨਿਕਲੋ ਨਾ ਮੇਰੀ ਫਿਰ। ਤੇ ਰੱਖੀ ਆ ਲੁਕੋ ਕੇ, ਦੇਖੀ ਕਿਤੇ ਐ ਰੱਖ ਲੁਕੋ ਕੇ ਰੱਖਿਆ ਹੋਇਆ, ਫਿਰ ਐ ਕਰਦਾ ਮੈਂ ਤੜਕੇ ਸਨੇਹਾ ਵਗ ਜਾ ਬਈ। ਆਹੋ ਤੜਕੇ ਸਨੇਹਾ ਵਗ, ਹੁਣ ਕਿ ਹੁਣ 3-4 ਤਾਂ ਵੱਜੇ ਪਏ ਹੈਗੇ। ਠੀਕ ਹੈ ਤੂੰ ਐ ਕਰ ਫਿਰ। ਓਹੋ ਮੈਂ ਤਾਂ ਐ ਕਹਿੰਦਾ ਸੀ ਵੀ ਕੜਾਹ ਬਣਾ ਦੇ ਮੈਨੂੰ ਮਾੜਾ ਜਿਹਾ, ਕੜਾਹ ਖਣਾ, ਕੜਾਹ ਬਣਾ ਦੇ ਦੇਸੀ ਖੰਡ ਪਾ ਕੇ ਬਣਾਈ ਨਾਲੇ। ਨਾ ਦੇਸੀ ਖੰਡ ਪਾ ਦੋ, ਕਾਜੂ ਬਦਾਮ ਤਾਂ ਮੈਂ ਉਦੋਂ ਦੇ ਲਿਆ ਰੱਖੇ ਤੇਰੇ ਵਾਸਤੇ, ਬਾਹਵਾ ਸਾਰੇ ਪਾ ਦੀ, ਬਾਹਵਾ ਸਾਰੇ ਇੰਨਾ ਕੀ ਬਣਾ ਦੀ ਮੈਨੂੰ, ਮੈਂ ਜਿਹੜਾ ਖਾ ਸਕਾਂ ਬਸ ਵੀ ਡੋਂਗਾ ਜਿਹਾ ਭਰ ਕੇ ਤੇਰੇ ਜੋਗਾ ਹੀ ਬਣਾ। ਹਾਂ ਬਸ ਇੰਨਾ ਕੁ ਪਾ ਕੇ ਕਿਲੋ ਅੱਧਾ ਕਿਲੋ ਆਟੇ ਦਾ ਹਨਾ ਉਹਦਾ ਬਣਾ ਦੇ, ਬਸ ਅੰਦਰੇ ਅੰਦਰ ਬਣਾ ਕੇ ਮੈਂ ਖਾ ਦੂੰਗਾ। ਠੀਕ ਹੈ ਇੱਥੇ ਬੈਠਾ ਖਾ ਦੂੰਗਾ, ਇੱਥੇ ਹੀ ਬਣਾ। ਇਹ ਤਾਂ ਪਤਾ ਕਿ ਇੰਨੀ ਨੀਤ ਮਾਰਦੀਆਂ, ਮਾਮਾ ਇੰਨਾ ਖਾਂਦਾ ਆਇਆ ਖਾਂਦਾ ਆਈ ਕਰੀ ਜਾਂਦਾ ਗੱਲਾਂ, ਮੈਨੂੰ ਮਾਮਾ ਮੰਗਤਾ, ਮਾਮਾ ਆਏ, ਮਾਮਾ ਖਾਣ ਸੂਰਾ ਪਤਾ ਨੀ ਕਹੀ ਜੇ ਲੋਕ ਕਹੀ ਜਾਣਾ, ਮੈਂ ਜਾਣਦੇ ਤੂੰ ਕਿਹੜਾ ਕਿਸੇ ਦੇ ਘਰੋਂ ਖਾਣਾ, ਭੈਣ ਦੇ ਘਰੋਂ ਖਾਣਾ, ਹੋਰ ਕੀ ਮਾਰੀ ਜਾਂਦੇ ਪਕਾਈ। ਚੱਲ ਚੰਗਾ ਮੈਂ ਬਣਾ ਦਾਂ, ਬਣਾ ਦੇ ਵਧੀਆ ਸਵਾਦ ਦਾ ਬਣਾ ਦੇ। ਚੰਗਾ ਠੀਕ ਹੈ ਠੀਕ ਹੈ ਚੰਗਾ। ਹਾਂ ਥੋੜੇ ਕੰਮ ਆਉਣ ਵਾਲੇ ਹੁੰਦੀਆਂ ਨੇ, ਇਹਨੂੰ ਆਪਾਂ ਐਂ ਕਰਦੇ ਹਾਂ ਮੈਂ ਰੱਖ ਹੀ ਲੈਣਾ ਗਾ ਉਹਦੇ ਕੋਲੇ, ਤੇ ਚੱਲ ਕੋਈ ਗੱਲ ਨੀ। ਹੁਣ ਯਾਰ ਮੈਥੋਂ ਇੱਥੇ ਰਿਹਾ ਵੀ ਨੀ ਜਾਂਦਾ, ਤੇ ਗੱਲ ਆਈ ਵੀ ਕੜਾਹ ਵੀ ਬਣਵਾ ਲਿਆ, ਕਰਾਂ ਕੀ ਹੁਣ, ਜਿੰਨਾ ਟਾਈਮ ਮੇਰੇ ਜੇਬ ਦੇ ਵਿੱਚ ਸੋਨਾ ਪਿਆ ਰਹੂ ਮੈਨੂੰ ਤਾਂ ਟੇਕ ਨਹੀਂ ਆਉਣੀ, ਮੈਨੂੰ ਤਾਂ ਐਵੇਂ ਛੇਤੀ ਕਦੋਂ ਕਦੋਂ ਪੈਸੇ ਲਿਆ ਕੇ ਤੇ ਖਰਚਦੇ ਆ ਬਸ। ਹੁਣ ਚੱਲ ਕੋਈ ਗੱਲ ਨੀ, ਹੁਣ ਕੇ ਰੱਖਣਾ ਉਹਨੂੰ ਡੀਕ ਪਈ ਇੱਥੇ ਬਹਿ ਕੇ ਆਰਾਮਦਾਰੀ ਨਾਲ, ਉਹਨੂੰ ਖਾ ਪੀ ਕੇ ਸੁੱਤਾ ਰਿਹਾ ਕਰ ਤੂੰ, ਐਵੇਂ ਨਾ ਬਸ ਕੰਮ ਕਰਨ ਵਾਲੇ ਤਾਂ ਸੋਚੇ ਨਾ ਕਰ, ਆਈ ਜਦੋਂ ਤੋਰੀ ਫੁਰਕਾ ਚੱਲੀ ਏਦਾਂ ਵਾਹਿਗੁਰੂ ਆਪਣਾ ਹੀ ਚਲਾਈ ਚੱਲੇ। ਸਤਨਾਮ ਵਾਹਿਗੁਰੂ। ਭਾਬੀ ਜੀ ਤੈਨੂੰ ਪਤਾ ਬੋਲਦੀ ਹੁੰਦੀ ਸੀ, ਹੋਰ ਦੱਸ ਯਾਰ ਮੈਂ ਤੈਨੂੰ ਕੀ ਕਿਹਾ, ਦਵਾਈ ਲਿਆਉਣ ਨੂੰ ਕਿਹਾ ਸੀਗਾ ਤੇ ਮੈਂ ਤੈਨੂੰ ਕੀ ਕਿਹਾ ਸੀ ਵੀ ਦਵਾਈ ਮੈਂ ਲੈਣੀ ਆ ਡਾਕਟਰ ਤੋਂ, ਠੀਕ ਹੈ ਨਾ, ਮੈਨੂੰ ਵੀ ਪਤਾ, ਮੈਨੂੰ ਵੀ ਫਿਕਰ ਆਪਣੇ ਜਵਾਬ ਦੀ। ਫਿਰ ਫਿਕਰ ਤਾਂ ਹੈਗੀ ਆ, ਫਿਰ ਹੁਣ ਮੈਨੂੰ ਨੀ ਫਿਕਰ ਹੈਗੀ। ਫਿਰ ਜੇ ਤੁਹਾਨੂੰ ਫਿਕਰ ਹੈ ਫਿਰ ਤੁਸੀਂ ਬੇਬੇ ਹੋਰੇ ਪਿੱਛੇ ਕਿਉਂ ਲੱਗਦੇ ਹੋ, ਤੁਹਾਨੂੰ ਪਤਾ ਨਾ ਵੀ ਉਹ ਮੇਰੇ ਤੇ ਲੱਗਦੇ ਆ, ਉਹ ਜਾਣ ਕੇ ਵਿਆਹ ਤਾਂ ਕਰਦੀ ਹੈ, ਬੇਬੇ ਦੀ ਕੋਈ ਗਲਤੀ ਨੀ ਹੈਗੀ ਇਹਦੇ ਚ, ਹਰਪ੍ਰੀਤ ਨਾ ਉਹ ਉਂਗਲਾਂ ਲਾਉਂਦੀ ਹੈ ਬੇਬੇ ਨੂੰ, ਬੇਬੇ ਤੁਹਾਨੂੰ ਕਹਿ ਦਿੰਦੀ ਆ। ਉਹਨੇ ਦੱਸ ਕੀ ਤੇਰਾ ਮਾੜਾ ਕਰਤਾ ਕੁਛ, ਉਹਨੇ ਜੇ ਤੈਨੂੰ ਕਹਿਤਾ ਵੀ ਜਾ ਕੇ ਦਵਾਈ ਲਿਆ ਜਾ ਕੇ। ਮੈਂ ਦੱਸਦੀ ਹਾਂ ਦਵਾਈ ਤਾਂ ਮੈਂ ਲੈ ਕੇ ਆਉਣੀ ਆ, ਜਾਣ ਕੇ ਕਹਿੰਦੀ ਮੇਰੇ ਸਾਹਮਣੇ ਦਵਾਈ ਨਹੀਂ ਲੈਂਦੀ, ਮੇਰੇ ਸਾਹਮਣੇ ਦਵਾਈ ਨਹੀਂ ਲੈਂਦੀ, ਉਹਨੂੰ ਤਾਂ ਐਂ ਆ ਵੀ ਇਹਦੇ ਜਵਾਬ ਹੋਵੇ ਨਾ ਕਿਵੇਂ ਮੈਂ ਲੜਵਾ ਦਾਂ ਇਹਨਾਂ ਨੂੰ, ਮਨਿੰਦਰ ਨੂੰ ਘਰੋਂ ਘੜਾ ਦਾਂ, ਤੁਸੀਂ ਕਿਉਂ ਨੀ ਸਮਝਦੇ ਆਪਣੇ ਨਾਲ ਕਿੰਨਾ ਕੁਛ ਕੀਤਾ ਇਹਨਾਂ ਨੇ। ਚੱਲ ਤੂੰ ਛੱਡ ਯਾਰ ਇਹ ਗੱਲਾਂ ਸਾਰੀਆਂ, ਠੀਕ ਹੈ, ਕੁਛ ਨੀ ਹੁੰਦਾ, ਜਿਹੜਾ ਕੁਛ ਉਹਨੇ ਕਰਨਾ ਸੀ ਕਰ ਲਿਆ, ਇੰਨੇ ਕਿੰਨਾ ਬੇਬੇ ਨੂੰ ਯਕੀਨ ਹੋ ਗਿਆ ਤੇਰੇ ਨਾਲ ਜਾ ਰਹੀ ਬੇਬੇ, ਠੀਕ ਹੈ, ਹੁਣ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਮੈਨੂੰ ਕੋਈ ਨੀ ਕੁਛ ਕਹਿੰਦਾ ਹੁਣ। ਡਾਕਟਰ ਨੇ ਤੈਨੂੰ ਕਿਹਾ ਹੁਣ ਬੇਬੇ ਮੈਨੂੰ ਸਾਰਾ ਕੁਝ ਦੱਸਿਆ, ਠੀਕ ਹੈ, ਮੈਂ ਤਾਂ ਦੂਜੀ ਬੋਲਣਾ ਨਾ ਤੈਨੂੰ ਕੋਈ ਅੱਗ ਬੁਲਾਵੇ, ਠੀਕ ਹੈ, ਬਾਹਲਾ ਤੈਨੂੰ ਕੰਮ ਕਰਨ ਦੀ ਵੀ ਕੋਈ ਲੋੜ ਨੀ, ਆਪਦੀ ਰੈਸਟ ਕਰ, ਦਵਾਈ ਖਾ,
ਮੈਨੂੰ ਚੱਲ ਕੋਈ ਹੁਣ ਜਾ ਕੇ ਬੇਬੇ ਨੂੰ ਯਕੀਨ ਹੋ ਗਿਆ ਨਾ, ਮੇਨ ਗੱਲ ਤਾਂ ਬੇਬੇ ਦੀ ਸੀਗੀ। ਯਕੀਨ ਕਰਾ ਤਾ ਨਾ, ਹਜੇ ਵੀ ਤੁਸੀਂ ਐਂ ਦੇਖ ਲਓ, ਹਜੇ ਵੀ ਵਿਆਹਤਾ ਕਰਨਗੀਆਂ, ਲਿਖਾ ਕੇ ਕੋਈ ਵਿਆਹਤਾ ਨਹੀਂ ਕਰਦਾ, ਮੈਂ ਕਹਿ ਕੇ ਜਾਊਂ ਬੇਬੇ ਨੂੰ, ਜਾਣਾਗਾ ਮੈਂ ਜਾਊਂਗਾ ਕਹਿ ਕੇ ਜਾਊਂ ਬੇਬੇ ਨੂੰ, ਬੇਬੇ ਮੇਰੀ ਗੱਲ ਸੁਣ ਲਾ, ਜੇ ਤੰਗ ਕਰਿਆ ਨਾ ਤਾਂ ਮੈਨੂੰ ਦੱਸ ਦਿਓ। ਬੇਬੇ ਦੱਸੂਗੀ? ਤੂੰ ਦੱਸੀ ਨਾ ਮੈਨੂੰ, ਉਹ ਤਾਂ ਤੰਗ ਕਰਨਾ ਜੀ ਤੈਨੂੰ। ਅੱਛਾ, ਜਦੋਂ ਮੈਂ ਦੱਸਦੀ ਸੀ ਉਦੋਂ ਤੁਸੀਂ ਮੇਰੇ ਤੇ ਯਕੀਨ ਨਹੀਂ ਕੀਤਾ। ਹੁਣ ਜਦੋਂ ਮੈਨੂੰ ਯਕੀਨ ਹੈ, ਬੇਬੇ ਨੂੰ ਯਕੀਨ ਹੈ, ਉਹ ਹਰਪ੍ਰੀਤ ਨੂੰ ਆਪੇ ਨੀ ਤੰਗ ਕਰਨ ਦਿੰਦੀ, ਗੱਲ ਨਿਬੜੀ ਬਸ। ਬਸ ਠੀਕ ਹੈ ਜੀ, ਨਾਲੇ ਇੱਦੋਂ ਮੁੜ ਕੇ ਮੈਂ ਬੇਬੇ ਨਾਲ ਲੈ ਕੇ ਜਾਂਦੀ ਦਵਾਈ, ਮੈਂ ਆਪ ਲੈ ਕੇ ਆਇਆ ਕਰੂੰ ਪਰਨੂੰ ਨਾਲ ਲੈ ਕੇ। ਅੱਜ ਦੇ ਬੇਬੇ ਉੱਥੇ ਕੁਛ ਜਾ ਕੇ ਬੋਲੀ ਆ, ਹੈ ਬੇਬੇ ਨੂੰ ਗੱਲ ਕਰਨ ਦਾ ਤਾਂ ਪਤਾ ਨਹੀਂ ਹੈਗਾ, ਆਪਦੀ ਇਨਸਲਟ ਹੁੰਦੀ ਆ ਉੱਥੇ। ਡਾਕਟਰ ਕੀ ਕਹਿੰਦਾ ਹੁਣ, ਸਹੀ ਗੱਲ ਦੱਸ। ਚੱਲ ਕੋਈ ਨਾ, ਬੜੀ ਵੱਡੀ ਗੱਲ ਨੀ ਹੈਗੀ, ਇਹ ਸਮਝਾ ਦੂੰਗਾ ਬੇਬੇ ਨੂੰ ਮੈਂ, ਤੇ ਆਪੇ ਭਾਬੀ ਵੀ ਸਮਝ ਜੂਗੀ। ਉਹ ਯਾਰ ਉਹ ਕਿਹੜਾ ਆਪਣਾ ਮਾੜਾ ਚਾਹੁੰਦੇ ਆ, ਸਿੱਧੀ ਜੀ ਗੱਲ ਹੈ, ਹੈ ਮਾੜਾ ਹੀ ਚਾਹੁੰਦੇ ਆ, ਪਰ ਤੁਸੀਂ ਇਹ ਗੱਲਾਂ ਸਮਝਦੇ ਨੀ ਹੈਗੇ। ਪਰ ਜਿਹੜੀ ਚੀਜ਼ ਖਾਣ ਵਾਲੀ ਹੋਵੇ, ਜਿਹੜੀ ਡਾਕਟਰ ਨੇ ਕਹੀ ਆ ਉਹੀ ਖਾਣੀ ਆ, ਠੀਕ ਹੈ ਨਾ? ਜਵਾਕ ਦਵਾ ਖਾਈ ਚੱਲੇ, ਜਵਾਕ ਤੇ ਸਰ ਪੈ ਜੇ। ਹਾਂ, ਜਵਾਕ ਦੀ ਬਾਲੀ ਫਿਕਰ ਆ, ਮੇਰੀ ਤਾਂ ਹੈ ਨਹੀਂ। ਓਏ ਜਵਾਕ ਕੀ ਦਾ ਫਿਰ, ਆਪਣੇ ਹੀ ਹੈ, ਕਮਾਲ ਆ ਤੇਰੀ। ਕੋਈ ਗੱਲ ਨੀ ਜੀ, ਮੈਂ ਰੱਖੂੰਗੀ ਧਿਆਨ ਆਪਦਾ, ਬਸ ਇਦੋਂ ਮੁੜ ਕੇ ਤੁਸੀਂ ਮੇਰੇ ਤੇ ਸ਼ੱਕ ਨੀ ਕਰਨਾ, ਤੇ ਨਾ ਉਹਨਾਂ ਪਿੱਛੇ ਲਾ ਕੇ ਤੁਸੀਂ ਮੈਨੂੰ ਕੁਛ ਬੋਲਣਾ। ਨਹੀਂ ਕਰਦਾ ਬਸ, ਨਹੀਂ ਮੈਨੂੰ ਫਿਕਰ ਆ, ਜਿਵੇਂ ਮੈਨੂੰ ਕੋਈ ਕਹੂਗਾ, ਮੈਂ ਡਾਕਟਰ ਕਹਿਣਗੇ, ਉਵੇਂ ਮੈਂ ਆਪੇ ਕਰ ਦੂੰਗੀ। ਬਸ ਠੀਕ ਹੈ, ਹਾਂ ਬਸ ਠੀਕ ਹੈ। ਚੱਲ ਪੈ ਜਾ ਹੁਣ, ਕੋਈ ਨਾ ਰੈਸਟ ਕਰ ਲਾ, ਤੇ ਮੈਂ ਦੇਖਦਾ ਵੀ ਹਿਸਾਬ ਦਾ, ਕੱਪੜਾ ਲੇਟ ਆਇਆ, ਚੱਲ ਪਰਮ ਨੂੰ ਕਹਿ ਦਿੰਦਾ ਮੈਂ ਆਪੇ ਕਰ ਦੂੰਗੀ। ਤੁਸੀਂ ਜਾਣਾ ਜੀ? ਤੇ ਜਾਊਂਗਾ ਹੀ ਸ਼ਾਮ ਨੂੰ ਫਿਰ। ਨੂੰ ਕਿੰਨੇ ਦਿਨ ਹੋ ਗਏ? ਕੱਲ ਨੂੰ ਕਿਹੜੇ ਵੇਲੇ ਮੈਂ ਤੁਰੂੰਗਾ ਤੇ ਕਿਹੜੇ ਵੇਲੇ ਪਹੁੰਚੂਗਾ? ਕਮਾਲ ਕਰਦੀ ਆ ਮਨਿੰਦਰ ਤੂੰ, ਅੱਜ ਸ਼ਾਮ ਨੂੰ ਜਾਣਾ ਪਊਗਾ, ਫਿਰ ਜਾ ਕੇ ਸੁਬਹ ਮਾਰਨਿੰਗ ਡਿਊਟੀ ਤੇ ਜਾਊਂਗਾ ਮੈਂ। ਕੱਪੜੇ ਪ੍ਰੈਸ ਕਰ ਦੂਗੀ ਤੇ ਫਿਰ ਜਾਣਾ। ਫਿਰ ਯਾਰ ਹੋਰ ਤਾਂ ਕੋਈ ਵੱਡੀ ਗੱਲ ਨੀ, ਜੇ ਕੋਈ ਹੋਰ ਕੋਈ ਲੋੜ ਹੋਈ ਤਾਂ ਮੈਨੂੰ ਦੱਸ ਦੇ, ਠੀਕ ਹੈ? ਪੈਸੇ ਤਾਂ ਨੀ ਲੋੜ ਹੋਈ, ਕਿਤੇ ਕਿੰਨੇ ਪੈਸੇ ਲੱਗ ਗਏ ਸਾਡੇ ਉੱਥੇ? ਮੈਨੂੰ ਲੱਗ ਗਿਆ 3,000 ਰੁਪਏ ਲੱਗ ਗਿਆ। ਚੱਲ ਕੋਈ ਗੱਲ ਨੀ, ਕੋਈ ਨੀ, ਹੋਰ ਰੱਖ ਲੂੰਗਾ ਮੈਂ ਘਰੇ ਪੈਸੇ, ਠੀਕ ਹੈ? ਤੇ ਲੋੜ ਹੋਈ ਤਾਂ ਕੋਈ ਆਪਦਾ ਸਮਾਨ ਸਮੂਨ ਲੈ ਕੇ ਆਵਾਂਗੇ ਵੀ ਲੈ। ਠੀਕ ਹੈ, ਹੋਰ ਚੱਲ ਠੀਕ ਹੈ ਫਿਰ, ਕੋਈ ਨਾ ਪੈਸੇ ਰੈਸਟ ਕਰ ਲਾ। ਤੁਸੀਂ ਕਹਿ ਦਿਓ ਪਰ ਉਹਨੂੰ ਪ੍ਰੈਸ ਕਰ ਦੂਗੀ ਕੱਪੜੇ। ਸ਼ੁਕਰ ਆ, ਇਹਨਾਂ ਨੂੰ ਤਾਂ ਯਕੀਨ ਹੋਇਆ ਮੇਰੇ 'ਤੇ। ਵੈਸੇ ਪਰ ਨੇ ਵਧੀਆ ਦਿਮਾਗ ਲਾ ਲਿਆ, ਤੁਹਾਡਾ ਪਲੈਨ ਕੰਮ ਕਰ ਗਿਆ।